ਕਵਰ ਕਰੋ ਬਿੱਲੀ ਡੰਗਦੀ ਹੋਈ ਛੱਤ ਆ ਗਈ ਸੀਗੀ ਔਰ ਉਹਨੇ ਸਾਰੇ ਪਰਿੰਦੇ ਡਰਾ ਤੇ ਔਰ ਹਮਲਾ ਖੈਰ ਉਹਨੂੰ ਆਪਣੀ ਜਾਨ ਦੀ ਬਣੀ ਸੀਗੀ ਕਿਉਂਕਿ ਬੱਚੇ ਵੀ ਤੁਰੇ ਫਿਰਦੇ ਸੀਗੇ ਅਤੇ ਬਗੈਰ ਨੁਕਸਾਨ ਕਿਸੇ ਵੀ ਪਹੁੰਚਾਇਆ ਉਹ ਕਰਾਸ ਮਾਰ ਗਈ ਛੱਤ ਨੂੰ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਦੋਸਤੋ, ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੀ ਖਿਦਮਤ ਹਾਜ਼ਰ ਹੋਇਆ ਮੈਂ, ਵੀਡੀਓ ਹੈਗੀ ਮੁਰਗੇ ਦਾ ਬੁਖਾਰ ਦੇ ਉੱਪਰ। ਅਗਰ ਬੁਖਾਰ ਮੁਰਗੇ ਦਾ ਨਹੀਂ ਉੱਤਰ ਰਿਹਾ, ਬੁਖਾਰ ਜਾਂ ਸਮਝ ਨਹੀਂ ਆ ਰਹੀ, ਮੁਰਗਾ ਖੁਰਾਕ ਘੱਟ ਖਾ ਰਿਹਾ ਵਾ ਔਰ ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਵਾ, ਵਜ਼ਨ ਘਟਾ ਰਿਹਾ ਵਾ, ਸੋਕੜੇ ਦੀ ਤਰਫ ਜਾ ਰਿਹਾ ਵਾ, ਉਸਦੀ ਕੀ ਵਜ੍ਹਾ ਹੈ? ਇਹ ਅਕਸਰ ਜਿਹੜੀਆਂ ਮੇਰੀਆਂ ਵੀਡੀਓ ਹੁੰਦੀਆਂ ਨੇ ਨਵੇਂ ਦੋਸਤਾਂ ਲਈ ਹੁੰਦੀਆਂ ਨੇ, ਕਿਉਂਕਿ ਜਿਹੜੇ ਪੁਰਾਣੇ ਸ਼ੌਕੀਨ ਜਾਂ ਦੇਰ ਦਾ ਸ਼ੌਕ ਕਰਨ ਵਾਲੇ ਜਾਂ ਉਸਤਾਦ ਕਿਸੇ ਦੇ ਨਾਲ ਅਟੈਚ, ਉਹ ਮਾਮਲਾ ਨਿਬੇੜ ਲੈਂਦੇ ਨੇ। ਲੇਕਿਨ ਜਿਹੜੇ ਇੱਕ ਦੋ ਪਰਿੰਦੇ ਸ਼ੌਕੀਆ ਤੌਰ 'ਤੇ ਰੱਖਦੇ ਨੇ, ਅਮੂਮਨ ਉਹ ਇਹਨਾਂ ਚੀਜ਼ਾਂ 'ਚ ਉਲਝ ਜਾਂਦੇ ਨੇ, ਫਸ ਜਾਂਦੇ ਨੇ ਔਰ ਜਾਨਵਰ ਐਕਸਪਾਇਰ ਕਰ ਬੈਠਦੇ ਨੇ ਜਾਂ ਉਹਦੀ ਕੰਡੀਸ਼ਨ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਉਹ ਉਹਨਾਂ ਕੋਲੋਂ ਕਵਰ ਹੀ ਨਹੀਂ ਹੁੰਦਾ ਹੈਗਾ। ਉਮੀਦ ਹੈ ਕਿ ਅੱਜ ਦੀ ਸ਼ੋਰਟ ਵੀਡੀਓ ਦੇ ਵਿੱਚ ਆਪਣਾ ਪੁਆਇੰਟ ਆਫ ਵਿਊ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਜਿਹਦੇ ਨਾਲ ਤੁਹਾਨੂੰ ਪੂਰੀ ਸਮਝ ਲੱਗੇ। ਚਾਹ ਜੀ, ਮੁਰਗਾ ਸੋਕੜੇ ਦੀ ਤਰਫ ਜਾ ਰਿਹਾ ਵਾ, ਸਭ ਤੋਂ ਪਹਿਲੀ ਜਿਹੜੀ ਚੀਜ਼ ਚੈੱਕ ਕਰਨੀ ਨਾ ਅਸੀਂ, ਉਹ ਹੈਗਾ ਉਹਦਾ ਬੁਖਾਰ। ਬੁਖਾਰ ਚੈੱਕ ਕਰਨਾ, ਉਹਦੇ ਲਈ ਅਸੀਂ ਥਰਮਾਮੀਟਰ ਦਾ ਵੀ ਇਸਤੇਮਾਲ ਕਰ ਸਕਦੇ ਹਾਂ, ਉਹਦੇ ਲਈ ਮੈਂ ਵੀਡੀਓ ਪਹਿਲੇ ਲਗਾ ਚੁੱਕਿਆ ਹਾਂ, ਦੇਖ ਸਕਦੇ ਇਸ ਚੈਨਲ ਦੇ ਉੱਪਰ। ਥਰਮਾਮੀਟਰ ਦੇ ਨਾਲ ਵੀ ਤੁਸੀਂ ਬੁਖਾਰ ਦੇਖ ਸਕਦੇ ਜੇ ਅਗਰ ਤੁਹਾਨੂੰ ਨਹੀਂ ਜੱਜ ਹੋ ਰਿਹਾ ਕਿ ਆਇਆ ਪਰਿੰਦੇ ਨੂੰ ਬੁਖਾਰ ਹੈ ਜਾਂ ਨਹੀਂ ਹੈ, ਕਿਉਂਕਿ ਅਮੂਮਨ ਪਰਿੰਦਾ ਸੁਸਤ ਹੋ ਕੇ ਖੜ੍ਹਾ ਹੋ ਜਾਂਦਾ ਵਾ, ਢਿੱਲਾ ਮੁੱਠਾ ਰਹਿੰਦਾ ਵਾ, ਮੁਰਗਾ ਕਮਜ਼ੋਰੀ ਵੱਲ ਜਾ ਰਿਹਾ ਵਾ ਔਰ ਉਹਦਾ ਬੈਰੂਨੀ ਜਾਂ ਅੰਦਰੂਨੀ ਬੁਖਾਰ ਤਾਂ ਨਹੀਂ ਹੈਗਾ। ਇਹਨਾਂ ਚੀਜ਼ਾਂ ਨੂੰ ਚੈੱਕ ਕਰਨਾ ਹੈ, ਅੰਦਰੂਨੀ ਜਾਂ ਬੈਰੂਨੀ ਬੁਖਾਰ ਕਿਸੇ ਵੀ ਕੰਡੀਸ਼ਨ ਦੇ ਵਿੱਚ ਹੋਵੇ, ਕਿਉਂਕਿ ਬਾਜ਼ ਦਫ਼ਾ ਬੁਖਾਰ ਅੰਦਰ ਹੁੰਦਾ ਵਾ ਲੇਕਿਨ ਵੈਸੇ ਚੈੱਕ ਕਰਨ ਦੇ ਵਿੱਚ ਨਜ਼ਰ ਆਉਂਦਾ ਕਿ ਬੁਖਾਰ ਨਹੀਂ ਹੈਗਾ। ਥਰਮਾਮੀਟਰ ਦੇ ਜ਼ਰੀਏ ਵੀ ਤੁਸੀਂ ਟਰੇਸ ਕਰ ਸਕਦੇ ਜੇ, ਲੇਕਿਨ ਅਗਰ ਨਹੀਂ ਕੋਈ ਵੀ ਸਮਝ ਆ ਰਹੀ, ਮਰਜ਼ ਕੋਈ ਵੀ ਨਹੀਂ ਸਮਝ ਲੱਗ ਰਹੀ, ਤੁਹਾਨੂੰ ਥਰਮਾਮੀਟਰ ਨਾਲ ਤੁਸੀਂ ਉਹਨੂੰ ਕਲੀਅਰ ਕਰ ਲਓ। ਸਹੀ ਹੈ, ਮਿੰਟ ਦੇ ਵਿੱਚ ਥਰਮਾਮੀਟਰ ਲਗਾਉਣਾ ਵਾ ਔਰ ਉਹ ਟੈਂਪਰੇਚਰ ਉਹਦਾ ਦੱਸੇਗੀ, 102, 103, 100 ਤੋਂ 102 ਤੱਕ ਨਾਰਮਲ ਟੈਂਪਰੇਚਰ ਆ ਇਹਨਾਂ ਦਾ। ਇਸ ਤੋਂ ਉੱਪਰ ਜਿਸ ਵੇਲੇ ਨਿਕਲਣਾ ਵਾ ਅਸੀਲ ਦਾ ਮੌਸਮ ਦੇ ਹਿਸਾਬ ਨਾਲ, ਖਾਸ ਕਰ ਗਰਮੀ ਵਿੱਚ 3 ਤੱਕ ਵੀ ਚਲੇ ਜਾਂਦਾ ਨਾਰਮਲ ਸਿਹਤਮੰਦ ਪਰਿੰਦੇ ਦਾ। ਇਸ ਵਾਸਤੇ ਅਸੀਂ 100 ਤੱਕ ਅਗਰ ਤੁਸੀਂ ਅਕਾਊਂਟ ਕਰਕੇ ਤੁਰੋਗੇ ਤਾਂ ਸਭ ਤੋਂ ਬੈਸਟ ਹੈ, 100 ਜਾਂ 102 ਤੱਕ, 101-102 ਤੱਕ ਵੀ ਨਾਰਮਲ 'ਚ ਲੈ ਲਓ। ਲੇਕਿਨ ਇਹ ਜਿਹੜਾ ਵਾ ਅਸੀਂ 100 ਫਿਲਹਾਲ ਜਿਹੜੀ ਕੰਡੀਸ਼ਨ ਸਾਡੇ ਪਰਿੰਦੇ ਦੀ ਉਹਦੇ ਹਿਸਾਬ ਨਾਲ ਅਸੀਂ 100 ਅਕਾਊਂਟ ਰੱਖਾਂਗੇ। ਅਗਰ ਟੈਂਪਰੇਚਰ ਹੈ ਤਾਂ ਉਹਦੇ ਲਈ ਅਸੀਂ 3 ਕਿਸਮ ਦੀਆਂ ਟੈਬਲੇਟ ਜਾਂ 1 ਕੈਪਸੂਲ, 2 ਕਿਸਮ ਦੀਆਂ ਟੈਬਲੇਟ ਦਾ ਇਸਤੇਮਾਲ ਕਰਾਂਗੇ, ਜਿਹਦੇ ਵਿੱਚ ਸੁਬਹ ਦੇ ਟਾਈਮ ਅਸੀਂ ਪੈਨਾਡੋਲ ਦਾ ਇਸਤੇਮਾਲ ਕਰਾਂਗੇ ਇੱਕ ਗੋਲੀ, ਦੁਪਹਿਰ ਦੇ ਵਿੱਚ ਅਸੀਂ ਇਸਤੇਮਾਲ ਉਹਨੂੰ ਕਰਾਵਾਂਗੇ ਜੀ ਵੈਬਰਾਮਾਈਸੀਨ ਜਾਂ ਟੈਟਰਾਸਾਈਕਲਿਨ ਕੈਪਸੂਲ, ਇਹਨਾਂ ਦੋਨਾਂ 'ਚੋਂ ਇੱਕ ਇਸਤੇਮਾਲ ਕਰਾਵਾਂਗੇ। ਟੈਟਰਾਸਾਈਕਲਿਨ ਬੈਸਟ ਹੈ, ਤਜਵੀਜ਼ ਕਰਾਂਗਾ ਮੈਂ, ਐਂਟੀਬਾਇਓਟਿਕ ਹੈ ਔਰ ਬਿਹਤਰੀਨ ਰਿਜ਼ਲਟ ਦਾ ਹਾਮਲ ਹੈ। ਅਗਰ ਨਾ ਤੁਹਾਨੂੰ ਆਸਾਨੀ ਨਾਲ ਮਿਲੇ ਫਿਰ ਤੁਸੀਂ ਵੈਬਰਾਮਾਈਸੀਨ ਦਾ ਵੀ ਇਸਤੇਮਾਲ ਕਰ ਸਕਦੇ ਜੀ, ਇਹ ਵੀ ਐਂਟੀਬਾਇਓਟਿਕ ਹੀ ਹੈ ਲੇਕਿਨ ਇਹ ਥੋੜ੍ਹਾ ਜਿਹਾ ਉਹਦੇ ਨਾਲੋਂ ਲੋਅ ਫਾਰਮੂਲੇ ਦੇ ਵਿੱਚ ਹੈਗੇ, ਦੋਨੋਂ ਸੇਮ ਹੀ ਨੇ ਲੇਕਿਨ ਇਹ ਥੋੜ੍ਹਾ ਜਿਹਾ ਲੋਅ ਆ। ਰਾਤ ਦੇ ਵਿੱਚ ਜਿਹੜਾ ਕਿ ਜਿਸ ਵੇਲੇ ਪਰਿੰਦੇ ਖਾਣਾ ਖੁਣਾ ਖਵਾ ਕੇ ਆਪਣਾ ਉਹਨਾਂ ਦਾ ਦਾਣਾ ਪਾਣੀ ਕਰਾ ਕੇ ਬੰਦ ਕਰਨੇ ਆ, ਉਸ ਟਾਈਮ ਇੱਕ ਗੋਲੀ ਫਲੈਜਰ ਛੋਟੀ 250 mg ਦੀ ਇਸਤੇਮਾਲ ਕਰਨੀਆਂ ਨੇ, ਉਹ ਇਹ ਹੋ ਗਿਆ। ਔਰ ਇਸ ਦੇ ਨਾਲ ਜਿਹੜਾ ਵਾ ਸਭ ਤੋਂ ਪਹਿਲੇ ਜਿਹੜੀ ਚੀਜ਼ ਮੈਂ ਸ਼ੁਰੂ ਦੇ ਵਿੱਚ ਭੁੱਲ ਗਿਆ ਦੋਸਤੋ, ਉਹਦੇ ਲਈ ਮਾਜ਼ਰਤ, ਕਿਉਂਕਿ ਮੈਂ ਅਕਸਰ ਵੀ ਆਪਣੀ ਵੀਡੀਓ ਦੇ ਵਿੱਚ ਕਹਿ ਦਿੰਦਾ ਕਿ ਅਗਰ ਕਿਸੇ ਜਗ੍ਹਾ ਦਾ ਫਾਦਰ ਨੂੰ ਹੇਰ ਫੇਰ ਜਾਂ ਕੋਈ ਚੀਜ਼ ਨਾ ਦੱਸਣ 'ਚ ਰੇਂਜ ਰਵੇ, ਤੁਸੀਂ ਉਹਦੀ ਤਸਦੀਕ ਕਰ ਸਕਦੇ ਜੇ। ਉਹ ਹੈਗੀ ਸਭ ਤੋਂ ਪਹਿਲੇ ਉਹਦੀ ਡੀਵਾਰਮਿੰਗ, ਅੰਦਰ ਦੀ ਸਫਾਈ ਉਹਦੀ ਕਰਨੀ ਜ਼ਰੂਰੀ ਹੈ। ਸਫਾਈ ਦੇ ਉੱਪਰ ਵੀ ਮੈਂ ਵੀਡੀਓ ਲਗਾ ਚੁੱਕਿਆ ਵਾਂ, ਉਹ ਵੀ ਤੁਸੀਂ ਦੇਖ ਸਕਦੇ ਜੇ, ਕਿਉਂਕਿ ਅਗਰ ਸਾਰੀ ਡਿਟੇਲ 'ਚ ਜਾਵਾਂਗਾ ਤਾਂ ਵੀਡੀਓ ਬਹੁਤ ਲੰਮੀ ਹੋ ਜਾਏਗੀ।
ਉਹਦੀ ਸਫਾਈ ਕਰਨੀ ਹੈ। ਸਫਾਈ ਕਰਨ ਤੋਂ ਬਾਅਦ 1 ਤੋਂ 2 ਦਿਨ ਸਟੇ ਕਰਨਾ ਔਰ ਉਹਦੇ ਵਿੱਚ ਉਹਨੂੰ ਨਰਮ ਗਜ਼ਾ ਦੇਣੀ ਹੈ। ਤੁਸੀਂ ਦੁੱਧ ਦੇ ਵਿੱਚ ਭੀਂ ਕੇ ਰੋਟੀ ਦੇ ਸਕਦੇ ਜੇ, ਦਹੀਂ 'ਚ ਰੋਟੀ ਭੀਂ ਕੇ ਜਾਂ ਰਸ ਭੀਂ ਕੇ ਉਹਨੂੰ ਦੇ ਸਕਦੇ ਜੇ, ਦਹੀਂ ਖਾਣ ਨੂੰ ਦਿਓ ਉਹਨੂੰ। ਨਰਮ ਤੋਂ ਨਰਮ ਗਜ਼ਾ ਦੇਣੀ ਹੈ, ਜਿੰਨੀ ਨਰਮ ਗਜ਼ਾ ਉਹਨੂੰ ਦੇ ਸਕੋ ਉੱਨੀ ਦਿਓ 1 ਤੋਂ 2 ਦਿਨ। ਦੇਖੋ 2 ਦਿਨ 3 ਦਿਨ ਉਹਦੇ ਨਾਲ ਪਰਿੰਦਾ ਬਿਹਤਰੀ ਲਾ ਰਿਹਾ ਵਾ, ਕਿਆ ਉਹਦੀ ਕੰਡੀਸ਼ਨ ਤੁਰਨ ਫਿਰਨ ਦੀ, ਖਲੋਣ ਦੀ ਥੋੜ੍ਹੀ ਜਿਹੀ ਚੇਂਜ ਆਈ ਹੈ। ਅਗਰ ਚੇਂਜ ਆਈ ਹੈ ਤਾਂ ਫਿਰ ਉਹਦੀ ਡਿਵਾਰਮਿੰਗ ਦੀ ਹੀ ਜ਼ਰੂਰਤ ਆ, ਇਸ ਤੋਂ ਇਲਾਵਾ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਉਹਦੀ ਅੱਗੇ ਖੁਰਾਕ ਦਾ ਖਿਆਲ ਕਰੋ, ਸੋਕੜੇ ਦੇ ਮੁਤਲਕ ਬੈਸਟ ਖੁਰਾਕ ਦਾ ਫਾਰਮੂਲਾ ਮੈਂ ਪਹਿਲੇ ਵੀਡੀਓ 'ਚ ਲਗਾ ਚੁੱਕਿਆ ਹਾਂ, ਸਹੀ ਹੈ। ਔਰ ਉਹਦੇ ਮੁਤਲਕ ਉਹ ਦੇਖ ਲਓ, ਅਗਰ ਫਿਰ ਵੀ ਇਹਦੇ ਕਵਰ ਨਹੀਂ ਹੁੰਦਾ, ਫਿਰ ਇਹ ਦਵਾਈ ਜਿਹੜੀਆਂ ਸੁਬਾਹ ਨੂੰ ਪੈਨਾਡੋਲ, ਦੁਪਹਿਰ ਨੂੰ ਟੈਟਰਾਸਾਈਕਲਿਨ ਕੈਪਸੂਲ ਜਾਂ ਵੈਬਰਾਮਾਈਸਿਨ ਕੈਪਸੂਲ ਇਹ ਇਸਤੇਮਾਲ ਕਰ ਲਓ, ਫਿਰ ਤੁਸੀਂ ਰਾਤ ਨੂੰ ਫਲੈਜਰ ਦਾ ਇਸਤੇਮਾਲ ਕਰ ਲਓ। ਇਹਨਾਂ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਉਹਦਾ ਬੁਖਾਰ ਅੰਦਰੂਨੀ ਖਤਮ ਹੋ ਜਾਏਗਾ। ਅਗਰ ਮੁਰਗਾ ਤੁਹਾਡਾ ਜਿਹੜਾ ਕਿ 5-6 ਮਹੀਨੇ ਤੱਕ ਦੀ ਉਮਰ ਦਾ ਵਾ, ਤਾਂ ਫਿਰ ਤੁਸੀਂ ਅੱਧਾ ਇੰਜੈਕਸ਼ਨ ਲਗਾਉਣਾ ਵਾ। ਔਰ ਅਗਰ ਮੁਰਗਾ 6 ਮਹੀਨੇ ਤੋਂ ਉੱਪਰ ਹੈ, ਸਾਲ ਵਾਲਾ, 1.5 ਸਾਲ ਵਾਲਾ ਜਾਂ ਜਿਸ ਵੀ ਉਮਰ ਦਾ ਵਾ, ਫਿਰ ਤੁਸੀਂ ਇਹ ਪੂਰਾ ਇੰਜੈਕਸ਼ਨ ਲਗਾਉਣਾ ਵਾ, ਜਿਹੜਾ ਕਿ ਨੈਰੋ ਬਿਆਨ ਔਰ 5 ਲੱਖ ਪੈਨਸਲੀਨ। ਨੈਰੋ ਬਿਆਨ ਉਹਨੂੰ ਤਾਕਤ ਦਏਗਾ, 5 ਲੱਖ ਪੈਨਸਲੀਨ ਉਹਦੇ ਬੁਖਾਰ ਔਰ ਅੰਦਰੂਨੀ ਇਨਫੈਕਸ਼ਨ ਨੂੰ ਕਵਰ ਕਰੇਗਾ। ਬਿੱਲੀ ਲੰਘਦੀ ਹੋਈ ਛੱਤ 'ਤੇ ਆ ਗਈ ਸੀਗੀ ਔਰ ਉਹਨੇ ਸਾਰੇ ਪਰਿੰਦੇ ਡਰਾਤੇ ਔਰ ਹਮਲਾ, ਖੈਰ ਉਹਨੂੰ ਆਪਣੀ ਜਾਨ ਦੀ ਬਣੀ ਸੀਗੀ ਕਿਉਂਕਿ ਬੱਚੇ ਵੀ ਤੁਰੇ ਫਿਰਦੇ ਸੀਗੇ, ਅਤੇ ਬਗੈਰ ਨੁਕਸਾਨ ਕਿਸੇ ਵੀ ਪਹੁੰਚਾਇਆ ਉਹ ਕ੍ਰਾਸ ਮਾਰ ਗਈ ਛੱਤ। ਔਰ ਉਸ ਦੇ ਨਾਲ ਜਿਹੜਾ ਵਾ ਇੰਜੈਕਸ਼ਨ ਜਿਹੜਾ ਵਾ, ਛੋਟੀ ਉਮਰ ਦੇ ਵਿੱਚ ਅੱਧਾ ਲਗਾਉਣਾ ਵਾ, ਅੱਧਾ ਤੁਸੀਂ 1 ਦਿਨ ਲਗਾਉਣਾ ਵਾ, ਅੱਧਾ ਤੁਸੀਂ ਦੂਸਰੇ ਦਿਨ ਲਗਾਉਣਾ ਵਾ। ਅਗਰ ਪੂਰੇ ਦਾ ਵਾ ਤਾਂ ਪੂਰਾ ਤੁਸੀਂ ਲਗਾ ਸਕਦੇ ਜੀ, ਅਗਰ 6 ਮਹੀਨੇ ਤੋਂ ਉੱਪਰ ਉਮਰ ਹੈ। ਔਰ ਚੈਸਟ ਦੇ ਵਿੱਚ, ਸੀਨੇ 'ਚ, ਸੀਨੇ ਦੇ ਗੋਸ਼ੇ 'ਚ ਲਗਾਉਣਾ ਵਾ, ਔਰ ਇੰਨਾ ਕੁ ਇੰਜੈਕਸ਼ਨ ਦੀ ਸਰਿੰਜ ਜਿਹੜੀ ਹੈ ਇੰਜੈਕਟ ਕਰਨੀ ਹੈ ਕਿ ਜਿਹੜੀ ਉਹਦੀ ਅੰਦਰ ਹੱਡੀ ਦੇ ਉੱਤੇ ਨਾ ਅਟੈਚ ਹੋ ਜਾਵੇ। ਬਿਹਤਰ ਹੈ ਉਹਦੇ ਲਈ, ਅਗਰ ਤੁਸੀਂ ਪਹਿਲੇ ਇੰਜੈਕਸ਼ਨ ਦਾ ਨਹੀਂ ਇਸਤੇਮਾਲ ਕੀਤਾ ਤਾਂ ਇਨਸੁਲਿਨ ਦੀ ਸਰਿੰਜ ਦਾ ਇਸਤੇਮਾਲ ਕਰ ਲਓ, ਕਿਉਂਕਿ ਉਹ ਬੈਸਟ ਰਹਿੰਦੀ ਹੈ। ਉਹਦੇ ਵਿੱਚ ਤੁਹਾਡਾ ਤਿਆਰ ਹੋ ਕੇ 3 ਸੀਸੀ ਇਸਤੇਮਾਲ ਹੋਣਾ ਵਾ, 1 ਸੀਸੀ ਭਰੋ, 1 ਸਾਈਡ 'ਤੇ ਲਗਾ ਲਓ, ਉਸ ਤੋਂ ਬਾਅਦ 1/2 ਸੀਸੀ ਦੂਸਰੀ ਸਾਈਡ 'ਤੇ ਲਗਾ ਕੇ ਤੁਹਾਡਾ 1.5 ਸੀਸੀ ਇੱਕ ਟਾਈਮ ਦਾ ਪੀਰੀਅਡ ਪੂਰਾ ਹੋ ਜਾਣਾ ਵਾ। ਇਸੇ ਤਰ੍ਹਾਂ ਦੂਸਰੇ ਦਿਨ ਵੀ ਲਗਾ ਲਓ ਜਿਹੜੀ ਸਾਈਡ 'ਤੇ। ਖਾਲ ਮੈਮੂ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਕਿਸੇ ਨਵੇਂ ਟੋਪਿਕ 'ਤੇ, ਨਵੀਂ ਵੀਡੀਓ ਵਿੱਚ। ਅਗਰ ਕੋਈ ਪੁਆਇੰਟ ਰਹਿ ਗਿਆ ਹੋਵੇ ਤਾਂ ਉਹਦਾ ਤੁਸੀਂ ਸਵਾਲ ਕਰ ਸਕਦੇ ਜੇ, ਮੈਂ ਉਹਦੇ ਪੂਰੀ ਕੋਸ਼ਿਸ਼ ਕਰਾਂਗਾ। ਅੱਲਾ ਨਿਗਹਿਬਾਨ।